ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ, ਅੰਦੋਲਨ ਚੱਲ ਰਿਹਾ ਅਤੇ ਇਸੇ ਦੇ ਚੱਲਦਿਆਂ ਕਈ ਨੌਜਵਾਨ ਅਤੇ ਕਿਸਾਨ ਜ਼ਖਮੀ ਵੀ ਹੋਏ ਨੇ ਇਸ ਅੰਦੋਲਨ ਦੇ ਦੌਰਾਨ। ਅਤੇ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਦੇਰ ਰਾਤ ਦਵਿੰਦਰ ਸਿੰਘ ਭੰਗੂ ਸ਼ੇਖੂਪੁਰੀਆ ਦਾ ਹਾਲ ਜਾਣਿਆ। ਇਹ ਉਹੀ ਨੌਜਵਾਨ ਹੈ ਜਿਸ ਦੇ ਉੱਤੇ ਇੱਕ ਅਥਰੂ ਗੈਸ ਦਾ ਗੋਲਾ ਡਿੱਗਦਾ ਹੈ ਅਤੇ ਉਹਦੀ ਅੱਖ ਦੀ ਰੋਸ਼ਨੀ ਤੱਕ ਚਲੀ ਜਾਂਦੀ ਹੈ, ਗੰਭੀਰ ਜ਼ਖਮੀ ਹੋ ਜਾਂਦਾ ਹੈ। ਤੇ ਸੁਖਬੀਰ ਸਿੰਘ ਬਾਦਲ ਨੇ ਇਸ ਨੌਜਵਾਨ ਵਾਸਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਮੈਂ ਅੱਜ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਸ਼ੇਖੂਰਾ ਪਿੰਡ ਹੈ ਪਟਿਆਲੇ 'ਚ, ਜਿਹੜਾ ਘਨੌਰ ਦੇ ਵਿੱਚ ਜਿਹੜਾ ਸ਼ੰਭੂ ਬੈਟਲ ਤੇ ਜਿਹਦੇ ਉੱਤੇ ਗੋਲੇ ਚਲਾਏ ਗਏ ਸੀ, ਅੱਜ ਉਹਨੂੰ ਮੈਂ ਉਹਦੀ ਹਾਲਤ ਪਤਾ ਕਰਨ ਵਾਸਤੇ ਆਇਆ। ਵਿਚਾਰੇ ਦੀ ਅੱਖ ਹੀ ਚਲੀ ਗਈ ਉੱਥੇ, ਤੁਸੀਂ ਦੇਖੋ ਉੱਥੇ ਐਜੇ ਉੱਥੇ ਐਮ ਬੁਲੇਟ ਮਾਰਕ ਲੱਗਦੇ ਹੈ, ਐਂ ਚੀਜ਼ਾਂ ਲੱਗਦੀਆਂ, ਸਾਰੀ ਅੱਖ ਵਿਚਾਰੀ ਦੀ ਚਲੀ ਗਈ। ਨੌਜਵਾਨ 22 ਸਾਲ ਦਾ ਬੰਦਾ, ਆਹ ਜਿਹੜੇ ਨੌਜਵਾਨ ਹੈ, ਆਹ ਕਿਸਾਨੀ ਲਈ, ਕਿਸਾਨੀ ਦੇ ਹੱਕਾਂ ਲਈ ਲੜਾਈ ਲੜ ਰਿਹਾ, ਉਹਨਾਂ 'ਤੇ ਗੋਲੀਆਂ ਚਲਾਉਣੀਆਂ ਤਾਂ ਮੈਨੂੰ ਲੱਗਦਾ ਹੈ ਕਿਸੇ ਡੈਮੋਕ੍ਰੇਟਿਕ ਕੰਟਰੀ 'ਚ ਨਹੀਂ ਹੈ। ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਹੋਰ ਵੀ ਬਜ਼ੁਰਗ ਹੈ, ਉਹਦੀ ਵੀ ਡੈਥ ਹੋ ਗਈ ਹੈ, ਗਿਆਨ ਸਿੰਘ। ਸੋ ਜਿਹੜੇ ਪੰਜਾਬ ਦੇ ਆਪਣੇ ਸੂਬੇ 'ਚ ਖੜ੍ਹੇ ਹੈ, ਦੇਖੋ ਸੂਬਾ ਪੰਜਾਬ ਦਾ, ਜ਼ਮੀਨ ਪੰਜਾਬ ਦੀ, ਅਤੇ ਗੋਲੀਆਂ ਆ ਰਹੀਆਂ ਹਰਿਆਣੇ ਤੋਂ, ਦੇਖੋ ਇਹ ਕਿੱਡਾ ਵੱਡਾ ਜਿਹੜਾ ਹੈਗਾ ਪੰਜਾਬ ਨਾਲ ਬੇਇਨਸਾਫੀ ਹੈ। ਜੇ ਕੋਈ ਪੰਜਾਬ ਸਰਕਾਰ ਦਾ ਰਾਈਟ ਹੈ ਪੰਜਾਬ ਉੱਤੇ, ਪੰਜਾਬ ਪੁਲਿਸ ਹੀ ਇਕੱਲਾ ਆਪਰੇਟ ਕਰ ਸਕਦੀ ਹੈ ਪੰਜਾਬ ਦੇ ਅੰਦਰ, ਆਹ ਇੱਕ ਆਪਣੀ ਕੌਨਸਟੀਟਿਊਸ਼ਨ ਹੈ। ਇੱਕ ਪੰਜਾਬ ਦੀ ਪੁਲਿਸ ਹਰਿਆਣੇ 'ਚ ਨਹੀਂ ਜਾ ਸਕਦੀ, ਉੱਥੇ ਲੋਕਲ ਪੁਲਿਸ ਨੂੰ ਇਨਫੋਰਮ ਕਰਕੇ ਉਹਨਾਂ ਦੀ ਨਾਲ ਸਪੋਰਟ ਨਾਲ ਕਿਸੇ ਨੂੰ ਫੜ ਸਕਦੀ ਹੈ, ਐਂ ਨਹੀਂ ਕਰ ਸਕਦੀ ਕਿ ਜਿਵੇਂ ਸਿੱਧਾ ਜਾ ਕੇ ਤੁਸੀਂ ਚਲਾ ਦਿਉ। ਇੱਥੇ ਤਾਂ ਜਿਵੇਂ ਬਾਰਡਰ ਬਣਾਇਆ ਪਿਆ, ਦੇਖੋ ਨੈਗੋਸੀਏਸ਼ਨ ਨਾਲ, ਪਿਆਰ ਨਾਲ। ਡੈਮੋਕ੍ਰੇਸੀ ਦਾ ਮਤਲਬ ਹੈ ਰਾਈਟ ਪ੍ਰੋਟੈਸਟ ਕਰਨਾ ਸਾਰਿਆਂ ਦਾ, ਪਰ ਡੈਮੋਕ੍ਰੇਸੀ ਦਾ ਮਤਲਬ ਹੈ ਪਿਆਰ ਨਾਲ, ਡਾਇਲੋਗ ਨਾਲ ਗੱਲਾਂ ਹੋਣ, ਡਾਇਲੋਗ ਨਾਲ ਹੀ। ਪਿਛਲੀ ਵਾਰ ਦੇਖੋ ਸੰਘਰਸ਼ ਕੀਤਾ ਇਹਨਾਂ ਨੇ ਅਤੇ ਉਦੋਂ ਡਾਇਲੋਗ ਨਾਲ ਉਹਨਾਂ ਨੇ ਸਾਰੇ ਕਾਨੂੰਨ ਵਾਪਸ ਲਿੱਤੇ, ਡਾਇਲੋਗ ਕਰਕੇ ਹੀ ਹੋਏ ਨਾ ਜੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਮੰਗਾਂ ਉਸ ਟਾਈਮ ਜਿਹੜੀਆਂ ਕਮਿਟ ਕੀਤੀਆਂ ਸੀ ਉਹਨਾਂ 'ਚੋਂ ਹੀ ਨਹੀਂ ਪੂਰੀਆਂ ਹੋਈਆਂ। ਸੋ ਜਿਹੜੀ ਵੀ ਕਮਿਟਮੈਂਟ ਹੋਏ ਜੇ ਪੂਰੀ ਨਾ ਹੋਏ ਤਾਂ ਹੋਰ ਜ਼ਿਆਦਾ ਫਰਸਟ੍ਰੇਸ਼ਨ ਕਰਦੀ ਹੈ। ਦੇਖੋ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਹਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਜਦੋਂ ਦੇਸ਼ ਆਜ਼ਾਦ ਹੋਇਆ ਜੇ ਸ਼ਹਾਦਤਾਂ ਦਿੱਤੀਆਂ, ਜੇ ਤੁਸੀਂ ਫਰੀਡਮ ਫਾਈਟਰ ਦੇਖੋ ਸਭ ਤੋਂ ਜ਼ਿਆਦਾ ਦੇਸ਼ ਦੇ ਆ, ਪੰਜਾਬ ਦੇ ਆ। ਜਦੋਂ ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਅੰਨ ਹੀ ਨਹੀਂ ਸੀ, ਆਹ ਛੋਟਾ ਜਿਹਾ ਸੂਬਾ 2.5% ਏਰੀਆ ਵਾਲਾ ਸੂਬਾ, ਦੇਸ਼ ਨੂੰ ਉਹਨਾਂ ਨੇ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਕੁਰਬਾਨ ਕਰਕੇ, ਪਾਣੀ ਸਾਡੇ ਨਾਲ ਧੱਕਾ ਹੋਇਆ, ਸਾਡਾ ਪਾਣੀ ਦੂਜੇ ਸੂਬੇ ਦੇਤਾ, ਪਰ ਫਿਰ ਵੀ ਆਪਣਾ ਟਿਊਬਵੈੱਲ ਨਾਲ ਪਾਣੀ ਕੱਢ ਕੱਢ ਕੇ ਜਿਹੜਾ ਅੱਜ 800 ਫੁੱਟ 'ਤੇ ਚਲਾ ਗਿਆ ਅਤੇ ਦੇਸ਼ ਨੂੰ ਅੰਨ ਦਿੱਤਾ। ਤੁਸੀਂ ਸਰਹੱਦੀ ਬਾਰਡਰ ਵੀ ਦੇਖ ਲਓ, ਪਾਕਿਸਤਾਨ ਹੋਏ ਚਾਈਨਾ ਨਾਲ, ਸਾਰੇ ਆਪਣੇ ਸਿੱਖ ਰੈਜੀਮੈਂਟਾਂ ਉੱਥੇ ਹੀ ਹੈ। ਅਤੇ ਤੁਸੀਂ ਦੇਖਿਆ, ਜੇ ਤੁਸੀਂ ਫੋਟੋਆਂ ਦੇਖੇ ਹੋਣ, ਚਾਈਨਾ ਦੇ ਜਿਹੜੇ ਲੋਕ ਉੱਥੇ ਫੌਜੀ ਜਿਹਨਾਂ ਨੂੰ ਭਜਾਉਣ ਵਾਲੀ ਸਿੱਖ ਰੈਜੀਮੈਂਟ ਹੈ। ਸੋ ਉਹ ਕੌਮ ਹੈ ਜਿਹੜੀ ਦੇਸ਼ ਵਾਸਤੇ ਜਿਹੜੀ ਲੜਦੀ ਰਹੀ ਹੈ। ਸੋ ਇਸ ਕਰਕੇ ਇਹਨਾਂ ਨੂੰ ਇੰਨੇ ਧੱਕੇ ਨਾਲ ਹਰਿਆਣਾ ਗਵਰਨਮੈਂਟ ਨੂੰ ਨਾ ਐਂ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਪੰਜਾਬ ਗਵਰਨਮੈਂਟ। ਤਾਂ ਮੈਂ ਹੈਰਾਨ ਹਾਂ ਇਹਨਾਂ 'ਤੇ ਕਿ ਤੁਹਾਡੇ ਸੂਬੇ ਸਾਰਾ ਕੁਛ ਹੋ ਰਿਹਾ, ਤੁਸੀਂ ਚੁੱਪ ਹੋ, ਕੁਛ ਕਰ ਨਹੀਂ ਰਹੇ, ਅਤੇ ਨਾਲੇ ਸਰੈਂਡਰ ਹੀ ਕਰੀ ਬੈਠਾ ਪੰਜਾਬ ਗਵਰਨਮੈਂਟ ਤਾਂ। ਪੰਜਾਬ ਤਾਂ ਆਪਣੇ ਲਿਪ ਸਰਵਿਸ ਕਰਨ 'ਤੇ ਲੱਗਿਆ। ਸੋ ਅਕਾਲੀ ਦਲ ਸਟਰੋਂਗਲੀ ਫੀਲਸ ਕਿ ਜਿਹੜਾ ਹਰਿਆਣਾ ਗਵਰਨਮੈਂਟ ਨੇ ਪੰਜਾਬ ਕੀਤਾ, ਸਟਰੋਂਗਲੀ ਕੰਡੈਮ ਕਰਦੇ ਹਾਂ। ਅਤੇ ਅਸੀਂ ਇੱਕ ਆਹ ਵੀ ਬੇਨਤੀ ਕਰਦੇ ਹਾਂ
ਕਿ ਅੱਗੇ ਤੋਂ ਆਉਣਾ ਹੋ, ਜਿੰਨੇ ਵਿਚਾਰੇ ਕੋਈ ਜਿਹਨਾਂ ਦੀ ਅੱਖ ਚਲੀ ਗਈ, ਇਹਨਾਂ ਨੂੰ ਜਾਂ ਜਿਹੜੇ ਫੱਟੜ ਹੋਏ ਆ, ਜਿਹੜਾ ਨੌਜਵਾਨ ਦੀ ਅੱਖ ਚਲੀ ਗਈ ਵਿਚਾਰਾ 22 ਸਾਲ ਦਾ ਉਮਰ ਹੈ, ਘੱਟ ਤੋਂ ਘੱਟ ਇਹਨੂੰ ਇਹਦੀ ਬਾਕੀ ਜ਼ਿੰਦਗੀ, ਇਹਨੇ ਵਿਚਾਰੇ ਗਰੀਬ ਪਰਿਵਾਰ ਦਾ, ਬਾਕੀ ਜ਼ਿੰਦਗੀ ਵਾਸਤੇ ਘੱਟ ਤੋਂ ਘੱਟ ਇਹਨੂੰ ਪੰਜਾਬ ਸਰਕਾਰ ਇਮੀਡੀਏਟਲੀ ਸਰਕਾਰੀ ਨੌਕਰੀ ਦੇ, ਅਤੇ ਜੇ ਜਿਹਨੇ ਫੱਟੜ ਹੈ ਉਹਨਾਂ ਨੂੰ ਕੰਪਨਸੇਸ ਦੇ ਅਤੇ ਮੈਡੀਕਲ ਫੈਸਿਲਿਟੀ ਦੇ। ਮੈਂ ਅੱਜ ਹੋਸਪਿਟਲ 'ਚ ਆਇਆ, ਮੈਂ ਪਤਾ ਕੀਤਾ, ਕੋਈ ਪੰਜਾਬ ਸਰਕਾਰ ਦਾ ਬੰਦਾ ਨਹੀਂ ਆਇਆ, ਨਾ ਉੱਥੇ ਐਂਬੂਲੈਂਸ ਹੈ। ਤੁਸੀਂ ਹੈਰਾਨ ਰਹਿ ਜਾਓਗੇ, ਸ਼ੰਭੂ ਬਾਰਡਰ 'ਤੇ ਐਂਬੂਲੈਂਸ ਹੀ ਹੈ ਨਹੀਂ, ਜਿਹੜੇ ਲੋਕ ਲੈ ਕੇ ਜਾ ਰਹੇ ਆਪਣੀਆਂ ਗੱਡੀਆਂ 'ਤੇ ਆਪਣੇ ਲੋਕਾਂ ਨੂੰ ਲੈ ਕੇ ਜਾ ਰਹੇ ਆ। ਸੋ ਪੰਜਾਬ ਗਵਰਨਮੈਂਟ ਦਾ ਅਤੇ ਖਾਸ ਕਰਕੇ ਹਰਿਆਣਾ ਗਵਰਨਮੈਂਟ ਦਾ ਜਿਹੜਾ ਅੱਜ ਸਾਰੇ ਐਪੀਸੋਡ ਹੈ, ਮੈਂ ਸਟਰੋਂਗਲੀ ਕੰਡੈਮ ਕਰਦਾ। ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਸਟੇਟਮੈਂਟ ਦਿੱਤੀ, ਉਹਨਾਂ ਨੇ ਕਿਹਾ ਮੈਂ ਕਿਸਾਨਾਂ ਨਾਲ ਖੜਾ ਹੈ, ਇਸੇ ਕਰਕੇ ਮੈਂ ਡਾਕਟਰ ਦੀ ਭੂਮਿਕਾ ਨਿਭਾ ਰਹੀ ਹਾਂ। ਨਹੀਂ, ਕਿਸਾਨਾਂ ਨਾਲ ਜੇ ਖੜਾ ਹੈ, ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਉਹ, ਪੰਜਾਬ ਦੀ ਜ਼ਮੀਨ ਹੈ, ਪੰਜਾਬ ਦਾ ਇਲਾਕਾ, ਇੱਥੋਂ ਦਾ ਚੀਫ ਮਿਨਿਸਟਰ ਉਹ ਹੈ। ਚੀਫ ਮਿਨਿਸਟਰ ਦਾ ਮਤਲਬ ਨਹੀਂ ਹੈ ਕਿ ਜੇ ਤੁਹਾਡੇ ਸੂਬੇ 'ਚ ਆ ਕੇ ਕੋਈ ਤੁਹਾਡੇ 'ਤੇ ਤੁਹਾਡੇ ਸੂਬੇ ਵਾਲਿਆਂ ਦਾ ਕੋਈ ਹਮਲਾ ਮਾਰੇ, ਕੋਈ ਧੱਕਾ ਕਰੇ। ਜਾਂ ਤਾਂ 100% ਇਹਦੀ ਅਪਰੂਵਲ ਹੈ, ਕਿਉਂਕਿ ਅਪਰੂਵਲ ਦੇ ਬਗੈਰ ਦੂਜੀ ਸੂਬੇ ਦੀ ਕਰ ਹੀ ਨਹੀਂ ਸਕਦੀ। ਆਹ ਤਾਂ ਹੁਣ ਜਾਣ ਕੇ ਚੁੱਪ ਬੈਠਾ। ਮੀਡੀਏਟਰ ਦਾ ਕੰਮ ਕੀ ਹੈ? ਇਹਨੂੰ ਸਟਰੋਂਗਲੀ ਪੰਜਾਬ ਸਰਕਾਰ ਨੂੰ ਮੈਂ ਕੰਡੈਮ ਕਰਦਾ ਜੋ ਇਹਨਾਂ ਦਾ ਐਟੀਟਿਊਡ ਹੋਇਆ ਪਿਆ। ਅਤੇ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਕਿ ਰੋਲ ਹੁਣ ਗਵਰਨਮੈਂਟ ਆਫ ਇੰਡੀਆ ਨੂੰ ਜਲਦੀ ਤੋਂ ਜਲਦੀ ਡਾਇਲੋਗ ਰਾਹੀਂ ਗੱਲ ਕਰਕੇ ਇਹਨਾਂ ਇਸ਼ੂ ਨੂੰ ਸੋਰਟ ਆਊਟ ਕਰਨਾ ਚਾਹੀਦਾ, ਕਿਉਂਕਿ ਇਹਦਾ ਸਾਰਾ ਇਫੈਕਟ ਪੂਰੇ ਦੇਸ਼ 'ਤੇ ਪੈਂਦਾ। ਪ੍ਰਧਾਨ ਨੂੰ ਕਿਹਾ ਉਹ ਵੀ ਮੈਂ ਨਾ ਖੋਲ੍ਹਣਾ ਚਾਹੀਦਾ ਇੰਟਰਨੈਟ। ਅਤੇ SGPC ਪ੍ਰਧਾਨ ਸਾਹਿਬ ਦਾ ਹੁਣੇ ਮੈਨੂੰ ਫੋਨ ਆਇਆ ਸੀ, ਉਹ ਕਹਿੰਦੇ ਜੀ ਕਿ ਅਸੀਂ ਇਮੀਡੀਏਟਲੀ ਉੱਥੇ ਐਂਬੂਲੈਂਸਿਸ ਵੀ ਅਤੇ ਡਾਕਟਰ ਤੈਨਾਤ ਕਰ ਰਹੇ, ਕਿਉਂਕਿ ਪੰਜਾਬ ਸਰਕਾਰ ਤਾਂ ਕੁਛ ਕਰ ਨਹੀਂ ਰਹੀ। ਸੋ SGPC ਤਰਫੋਂ SG ਪ੍ਰਧਾਨ ਸਾਹਿਬ ਨੇ ਮੈਨੂੰ ਹੁਣ ਟੈਲੀਫੋਨ ਕੀਤਾ, ਤੁਸੀਂ ਮੀਡੀਆ ਨੂੰ ਅਨਾਊਂਸ ਕਰ ਦਿਓ ਕਿ ਇੱਥੇ ਅਸੀਂ ਮੈਡੀਕਲ ਟੀਮ ਉੱਥੇ ਪੱਕੀ ਸਟੇਸ਼ਨ ਕਰਾਂਗੇ ਅਤੇ ਸਾਡੇ ਲੰਗਰ ਦਾ ਕੰਮ ਉੱਥੇ ਅਸੀਂ ਸ਼ੁਰੂ ਉੱਥੇ ਕਰਾਂਗੇ। ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਇੰਨਾ ਧੱਕਾ ਨਹੀਂ ਹੋਣਾ ਚਾਹੀਦਾ ਜਿੰਨਾ ਹੋਇਆ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆ ਕੇ ਹਰਿਆਣਾ ਸਰਕਾਰ ਅਜਿਹਾ ਕੰਮ ਕਰ ਸਕਦੀ ਹੈ। ਕੁੱਲ ਮਿਲਾ ਕੇ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ। ਹੁਣ ਦੇਖਣਾ ਹੋਵੇਗਾ ਕਿ ਕਿਸਾਨ ਅੰਦੋਲਨ ਕਿੰਨਾ ਕੁ ਭਖਦਾ ਹੈ ਅਤੇ ਸਰਕਾਰ ਇਹਦੇ ਉੱਤੇ ਆਪਣਾ ਕੀ ਪ੍ਰਤੀਕਰਮ ਦਿੰਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।